ਇਹ ਅੱਜ ਸਾਡੇ ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਵੱਲੋਂ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ ਦੇ ਵਿੱਚ ਜਿੱਥੇ ਵੀ ਸਾਡੇ ਕਾਲਜ ਨੇ ਜ਼ਿਲ੍ਹਾ ਹੈੱਡਕੁਆਟਰਾਂ ਦੇ ਵਿੱਚ ਇਕੱਠੇ ਹੋ ਕੇ ਸਾਰੇ ਜ਼ਿਲ੍ਹੇ ਦੇ ਕਾਲਜਾਂ ਦੇ ਟੀਚਰ ਪਹੁੰਚੇ ਨੇ। ਉਹਨਾਂ ਨੇ ਡੀਸੀ ਸਾਹਿਬਾਨ ਨੂੰ ਮੰਗ ਪੱਤਰ ਦਿੱਤਾ ਹੈ ਰਿਗਾਰਡਿੰਗ ਸਾਡੇ ਪ੍ਰਾਈਵੇਟ ਏਡਡ ਕਾਲਜਾਂ ਦੇ ਵਿੱਚ ਰਿਟਾਇਰਮੈਂਟ ਏਜ 60 ਸਾਲ ਸੀ, ਉਹ ਪੰਜਾਬ ਗੌਰਮੈਂਟ ਨੇ ਹੁਣ ਘਟਾ ਕੇ 58 ਸਾਲ ਕਰ ਦਿੱਤੀ। ਪੰਜਾਬ ਗੌਰਮੈਂਟ ਦੇ ਕਾਲਜਾਂ ਦੇ ਵਿੱਚ ਪਹਿਲਾਂ ਹੀ ਉਮਰ 58 ਸਾਲ ਹੈ, ਪਰ ਪ੍ਰਾਈਵੇਟ ਏਡਡ ਕਾਲਜਾਂ ਦੇ ਵਿੱਚ ਜਿਨ੍ਹਾਂ ਨੂੰ ਪੰਜਾਬ ਸਰਕਾਰ ਦੀ ਗ੍ਰਾਂਟ ਮਿਲਦੀ ਹੈ ਉੱਥੇ 60 ਸਾਲ ਹੈ, ਕਿਉਂਕਿ ਪੰਜਾਬ ਗੌਰਮੈਂਟ ਦੇ ਕਾਲਜਾਂ 'ਚੋਂ ਜਿਹੜੇ ਟੀਚਰ ਰਿਟਾਇਰ ਹੁੰਦੇ ਨੇ ਉਹਨਾਂ ਨੂੰ ਪੈਨਸ਼ਨ ਮਿਲਦੀ ਹੈ, ਪਰ ਏਡਡ ਕਾਲਜਾਂ ਦੇ ਟੀਚਰਾਂ ਨੂੰ ਕੋਈ ਪੈਨਸ਼ਨ ਨਹੀਂ ਮਿਲਦੀ। ਇਸ ਕਰਕੇ ਉਹਨਾਂ ਦੀ ਏਜ 2 ਸਾਲ ਵੱਧ ਕੀਤੀ ਹੋਈ ਸੀ ਸਰਕਾਰ ਨੇ ਪਹਿਲਾਂ। 3 ਵਾਰ ਪਹਿਲਾਂ ਪੇ ਕਮਿਸ਼ਨ ਰਿਵਾਈਜ਼ ਹੋ ਚੁੱਕੇ ਨੇ, 1986 ਦੇ ਵਿੱਚ, 1996 ਦੇ ਵਿੱਚ ਅਤੇ 2006 ਦੇ ਵਿੱਚ। ਉਦੋਂ ਪੇ ਰਿਵੀਜ਼ਨ ਵੇਲੇ ਕਿਸੇ ਸਰਕਾਰ ਨੇ ਏਜ ਨਹੀਂ ਘਟਾਈ। ਹੁਣ ਜਿਹੜਾ ਨੋਟੀਫਿਕੇਸ਼ਨ ਹੋਇਆ ਪੰਜਾਬ ਸਰਕਾਰ ਦੁਆਰਾ 7ਵੇਂ ਪੇ ਕਮਿਸ਼ਨ ਦੇ ਸੰਬੰਧੀ ਪੰਜਾਬ ਦੇ ਸਰਕਾਰੀ ਕਾਲਜਾਂ ਨੂੰ, ਪੰਜਾਬ ਦੇ ਪ੍ਰਾਈਵੇਟ ਕਾਲਜਾਂ ਨੂੰ ਜਿਹੜਾ 7ਵਾਂ ਪੇ ਕਮਿਸ਼ਨ ਦਿੱਤਾ ਗਿਆ, ਉਹਦੇ ਵਿੱਚ ਪੰਜਾਬ ਸਰਕਾਰ ਨੇ ਰਿਟਾਇਰਮੈਂਟ ਦੀ ਉਮਰ 58 ਸਾਲ ਕਰ ਦਿੱਤੀ, ਜਿਹਦਾ ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਵਿਰੋਧ ਕਰਦੀ ਹੈ, ਕਿਉਂਕਿ ਏਡਡ ਕਾਲਜਾਂ ਦੇ ਟੀਚਰਾਂ ਨੂੰ ਪੈਨਸ਼ਨ ਨਹੀਂ ਹੈ, ਇਸ ਕਰਕੇ ਉਹਨਾਂ ਦੀ ਉਮਰ 60 ਸਾਲ ਸੀ। ਤਾਂ ਉਹਦਾ ਅਸੀਂ ਵਿਰੋਧ ਕਰਦੇ ਹਾਂ ਵੀ ਸਾਡੀ ਜਿਹੜੀ ਰਿਟਾਇਰਮੈਂਟ ਏਜ 2 ਸਾਲ ਘਟਾਈ ਗਈ ਹੈ ਉਹ ਬਹਾਲ ਕੀਤੀ ਜਾਵੇ, ਜੋ ਪਿਛਲੇ 40 ਸਾਲ ਤੋਂ ਚੱਲੀ ਆ ਰਹੀ ਹੈ ਉਹੀ ਰਿਟਾਇਰਮੈਂਟ ਦੀ ਏਜ 60 ਸਾਲ ਬਹਾਲ ਕੀਤੀ ਜਾਣੀ ਚਾਹੀਦੀ ਹੈ।